ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਕਿਹਾ ਜਾ ਰਿਹਾ ਹੈ ਕਿ ਵਾਪਸ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ। ਮੰਜੇ ਹੋਏ ਖਿਡਾਰੀ ਨੇ ਨਵਜੋਤ ਸਿੱਧੂ, ਜਿੰਨਾ ਤੈਸ਼ ਦੇ ਨਾਲ ਔਰ ਜਿੰਨਾ ਸ਼ਾਨਦਾਰ ਤਰੀਕੇ ਦੇ ਨਾਲ ਉਹ ਫੀਲਡ ਦੇ ਉੱਤੇ ਕ੍ਰਿਕਟ ਖੇਡਦੇ ਰਹੇ ਨੇ, ਸਿਆਸਤ ਵਿੱਚ ਵੀ ਉਸੇ ਤਰ੍ਹਾਂ ਛੱਕੇ ਚੌਕੇ ਲਾਉਣ ਦੇ ਆਦੀ ਨੇ ਨਵਜੋਤ ਸਿੱਧੂ। ਔਰ ਖਾਸ ਕਰਕੇ ਜਾਣਦੇ ਨੇ ਕਿ ਕਦੋਂ ਸਿਆਸਤ ਤੋਂ ਕਿਨਾਰਾ ਕਰਨਾ ਹੈ ਅਤੇ ਕਦੋਂ ਸਿਆਸਤ ਦੇ ਵਿੱਚ ਐਂ ਧਮਾਕੇਦਾਰ ਐਂਟਰੀ ਕਰਨੀ ਹੈ ਕਿ ਆਉਣ ਸਾਰ ਸਿਆਸਤ ਦੇ ਮੰਚ ਨੂੰ ਹਿਲਾ ਹੀ ਦਿੱਤਾ ਜਾਵੇ। ਦੁਬਾਰਾ ਚਰਚਾਵਾਂ ਛੱਡਣ ਲੱਗ ਗਈਆਂ, ਨਵਜੋਤ ਸਿੰਘ ਸਿੱਧੂ ਦੁਬਾਰਾ ਭਾਸ਼ਣ ਦੇਣੇ ਸ਼ੁਰੂ ਕਰ ਗਏ ਨੇ, ਸਿਆਸੀ ਤੌਰ ਦੇ ਉੱਤੇ ਵਿਚਰਨਾ ਸ਼ੁਰੂ ਕਰ ਗਏ ਨੇ, ਇਹ ਚਰਚਾਵਾਂ ਚੱਲਦੀਆਂ ਪਈਆਂ। ਇੱਕ ਸ਼ੇਰ ਤੋਂ ਹੋਈ ਸ਼ੁਰੂਆਤ ਨਵਜੋਤ ਸਿੰਘ ਸਿੱਧੂ ਫਿਰ ਮਾਈਕ ਦੇ ਅੱਗੇ ਖੜ ਕੇ ਹੁਣ ਭਾਸ਼ਣ ਦੇ ਰਹੇ ਨੇ, ਔਰ ਇਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਸਿਆਸਤ ਦੇ, ਉਹ ਇੱਕ ਵੱਖਰਾ ਰੂਪ ਪੈਦਾ ਕਰ ਸਕਦੀ ਹੈ। ਖੈਰ, ਨਵਜੋਤ ਸਿੰਘ ਸਿੱਧੂ ਦਾ ਇਉਂ ਆਉਣਾ ਜਾਂ ਐਵੇਂ ਇੱਕ ਦੁਬਾਰਾ ਨਵੀਂ ਐਂਟਰੀ ਲੈ ਕੇ ਆਉਣਾ, ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ। ਇੱਕ ਵੱਡੇ ਲੀਡਰ ਨੇ, ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਖ ਵੱਖ ਵਿਚਾਰ ਵੱਖ ਵੱਖ ਲੋਕਾਂ ਦੇ ਹੋ ਸਕਦੇ ਨੇ, ਨਵਜੋਤ ਸਿੰਘ ਸਿੱਧੂ ਦੇ ਭਵਿੱਖ ਬਾਰੇ ਵੱਖ ਵੱਖ ਵਿਚਾਰ ਹੋ ਸਕਦੇ ਨੇ, ਪਰ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਬੜੇ ਸਟੀਕ ਵਾਰ ਕਰਨ ਵਾਲੇ ਲੀਡਰ ਨੇ, ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ। ਇੱਕ ਪਾਸੇ ਚਰਚਾ ਚੱਲਦੀ ਪਈ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਦੀ, ਦੂਜੇ ਪਾਸੇ ਚਰਚਾ ਚੱਲਦੀ ਪਈ ਹੈ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੀ। ਹੁਣ ਇਹਨਾਂ ਦੋਵੇਂ ਚਰਚਾਵਾਂ ਦੇ ਵਿੱਚ ਇੱਕ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਲੀਡਰ ਦਾ ਵਾਪਸ ਸਿਆਸਤ ਦੇ ਵਿੱਚ ਆਉਣਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ ਕਿ ਆਖਿਰਕਾਰ ਇਵੇਂ ਹੋਇਆ ਕਿਉਂ ਹੈ, ਆਖਿਰਕਾਰ ਅਚਾਨਕ ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਨਾਲ ਕਿਉਂ ਦੁਬਾਰਾ ਲਗਾਵ ਜਾਗ ਉੱਠਿਆ, ਕੀ ਆਖਿਰ ਕਾਰਨ ਨੇ। ਇਹ ਤੋਂ ਕਲੀਅਰ ਹੀ ਹੁੰਦਾ ਕਿ ਇਹ ਦੋ ਵੱਡੇ ਕਾਰਨ ਨੇ, ਇਸ ਤੋਂ ਇਲਾਵਾ ਹੋਰ ਕੀ ਹੋ ਸਕਦਾ। ਨਵਜੋਤ ਸਿੰਘ ਸਿੱਧੂ ਉਹ ਲੀਡਰ ਨੇ ਜਿਹੜੇ ਆਪਣੇ ਮੂੰਹੋਂ ਦਾਅਵਾ ਕਰ ਚੁੱਕੇ ਨੇ ਕਿ ਮੈਨੂੰ ਤਾਂ ਬੀਜੇਪੀ ਵੱਲੋਂ ਵੀ ਖਾਸੀਆਂ ਔਫਰਾਂ ਨੇ ਅਤੇ ਮੈਂ ਸਿਆਸਤ ਪੱਖੋਂ ਕੋਈ ਖਾਸੀ ਪਰਵਾਹ ਨਹੀਂ ਕਰਦਾ, ਪਰ ਉਹ ਕਹਿੰਦੇ ਕਿ ਕਾਂਗਰਸ ਪਾਰਟੀ ਦੇ ਨਾਲ ਮੇਰੀਆਂ ਰੂਹਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ, ਮੇਰੀਆਂ ਰੂਟਸ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਦੇ ਅੰਦਰ ਰਚ ਮੱਚ ਗਈਆਂ ਨੇ, ਅਤੇ ਇਸ ਵਾਸਤੇ ਉਹ ਕਹਿੰਦੇ ਕਿ ਕਾਂਗਰਸ ਨੂੰ ਛੱਡਣਗੇ ਨਹੀਂ। ਉਹ ਆਪਣੇ ਪਿਤਾ ਜੀ ਦਾ ਹਵਾਲਾ ਦਿੰਦੇ ਨੇ ਜੋ ਕਾਂਗਰਸ ਪਾਰਟੀ ਦੇ ਨਾਲ ਰਹੇ, ਪਰ ਨਵਜੋਤ ਸਿੰਘ ਸਿੱਧੂ ਆਪ ਸਿਆਸਤ ਵਿੱਚ ਕੀ ਕਰਨਗੇ, ਇਹਦੇ ਉੱਤੇ ਵੱਡਾ ਸਵਾਲ ਖੜ੍ਹਦਾ। ਨਵਜੋਤ ਸਿੰਘ ਸਿੱਧੂ ਇਸ ਵਾਰ ਇਹਨਾਂ ਜ਼ਿਮਨੀ ਚੋਣਾਂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨਗੀ ਨੂੰ ਲੈ ਕੇ ਵੀ ਕੀ ਕੁਝ ਕਰਦੇ ਨੇ, ਕੀ ਕੁਝ ਹੁੰਦਾ ਆ, ਇਹ ਸਮੇਂ 'ਤੇ ਮੁਨਸਰ ਹੈ। ਪਰ ਨਵਜੋਤ ਸਿੰਘ ਸਿੱਧੂ ਦਾ ਵਾਪਸ ਆਉਣਾ ਕਾਂਗਰਸ ਦੇ ਵਿੱਚ ਵੱਡੇ ਧਮਾਕੇ ਜ਼ਰੂਰ ਪਾਵੇਗਾ। ਨਵਜੋਤ ਸਿੰਘ ਸਿੱਧੂ ਇੱਕ ਵੱਖਰੇ ਧੜੇ ਨੂੰ ਲੈ ਕੇ ਚੱਲਣ ਵਾਲੇ ਲੀਡਰ ਮੰਨੇ ਜਾਂਦੇ ਨੇ, ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਧੜੇ ਬਣੇ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਧੜੇ ਦਾ ਸੰਚਾਲਨ ਨਵਜੋਤ ਸਿੰਘ ਸਿੱਧੂ ਕਥਿਤ ਤੌਰ 'ਤੇ ਕਰਦੇ ਨੇ, ਔਰ ਉਸ ਲਿਹਾਜ਼ ਦੇ ਨਾਲ ਕਾਂਗਰਸ ਪਾਰਟੀ ਦੇ ਅੰਦਰ ਬੌਖਲਾਹਟ ਜਿਹੜੀ ਆ ਉਹ ਦੁਬਾਰਾ ਛਿੜ ਸਕਦੀ ਹੈ। ਪਰ ਕੀ ਹਾਲਾਤ ਬਣਦੇ ਨੇ ਉਹ ਸਮਾਂ ਆਉਣ 'ਤੇ ਪਤਾ ਲੱਗੇਗਾ, ਜਦੋਂ ਨਵਜੋਤ ਸਿੰਘ ਸਿੱਧੂ ਮੁਕੰਮਲ ਤੌਰ 'ਤੇ ਸਿਆਸੀ ਪੱਧਰ ਦੇ ਉੱਤੇ ਵਿਚਰਨ ਲੱਗਣਗੇ, ਇਹ ਉਦੋਂ ਜ਼ਾਹਿਰ ਹੋਵੇਗਾ। ਫਿਲਹਾਲ ਨਵਜੋਤ ਸਿੰਘ ਸਿੱਧੂ ਆਪਣੇ ਭਾਸ਼ਣ ਦੇ ਵਿੱਚ ਕੀ ਬੋਲੇ ਨੇ, ਆਓ ਸੁਣ ਲੈਂਦੇ ਹਾਂ। ਸਮੂਹ ਸਾਰ ਸੰਗਠਿਓ, ਫਤਿਹ ਸਾਂਝੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਦ ਪੁਰਾਣ ਗੁਰੂ ਸਾਹਿਬਾਨ ਸਾਰ ਕੱਢ ਕੇ ਪਹਿਲਾਂ ਸੁੱਖ ਨਿਰੋਗੀ ਕਾਇਆ, ਬੰਦਾ ਨਿਰੋਗ ਹੋਣਾ ਚਾਹੀਦਾ, ਨਹੀਂ ਤਾਂ ਕਿਸੇ ਸੁੱਖ ਦਾ ਕੋਈ ਕੰਮ ਨਹੀਂ ਆਉਂਦਾ। ਪਹਿਲਾ ਸੁੱਖ ਨਿਰੋਗੀ ਕਾਇਆ, ਦੂਸਰਾ ਸੁੱਖ ਘਰ ਨੇ ਮਾਇਆ, ਤੀਸਰਾ ਸੁੱਖ ਸੁਲਕਸ਼ਣਾ ਨਾਰੀ, ਚੌਥਾ ਸੁੱਖ
ਪੁੱਤਰ ਆਗਿਆਕਾਰੀ, ਪੰਜਵਾਂ ਸੁਖ ਰਾਜ ਮੈਂ ਪਾਸਾ, ਛੇਵਾਂ ਸੁਖ ਰਾਜ ਕਰਵਾਸਾ, ਸੱਤਵਾਂ ਸੁਖ ਬ੍ਰਹਮ ਕੀ ਆਸਾ। ਪਰਿਵਾਰ ਬੁਨਿਆਦ ਹੈ ਸਮਾਜ ਦੀ ਅਤੇ ਪਰਿਵਾਰ ਦੀ ਬੁਨਿਆਦ ਸੁਲੱਖਣਾ ਨਾਰੀ। ਗੁਰੂ ਸਾਹਿਬ ਲਿਖਦੇ ਆ ਕਿ ਭਾਵਾਂ ਮਾਤਾ ਦਾ ਰੋਲ ਹੋਵੇ, ਭੈਣ ਦਾ ਰੋਲ ਹੋਵੇ, ਕੋਈ ਬੰਦਾ ਕੁਛ ਵੀ ਹਾਸਲ ਨਹੀਂ ਕਰ ਸਕਦਾ ਜਦ ਤੱਕ ਉਹਦੇ ਸਿਰ ਦੇ ਉੱਤੇ ਮਾਂ ਦਾ ਆਸ਼ੀਰਵਾਦ ਨਾ। ਇਸ ਕਰਕੇ ਜਦੋਂ ਕੀਰਤੀ ਦੇਖਦਾ ਮੈਂ ਧੰਮਾਨ ਪਰਿਵਾਰ ਦੀ, ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਨਹੀਂ ਜਾਂਦੀ ਸਾਧ ਸੰਗਤ ਜੀ, ਲੇਕਿਨ ਮਾਨਵੀ ਗੁਣਾਂ ਦੀ ਖੁਸ਼ਬੂ, ਮਨੁੱਖੀ ਗੁਣਾਂ ਦੀ ਖੁਸ਼ਬੂ ਚਾਰੋਂ ਦਿਸ਼ਾਵਾਂ ਦੇ ਵਿੱਚ ਫੈਲਦੀ ਹੈ ਔਰ ਰਹਿੰਦੀ ਹੈ। ਆਦਿ ਕਾਇਨਾਤ ਤੱਕ ਰਹਿੰਦੀ ਹੈ, ਕੋਇਲ ਕੂਕ ਨਾਲ, ਪੇੜ ਫਲ ਨਾਲ, ਖੇਤ ਉਪਜ ਨਾਲ, ਬੰਦਾ ਆਪਦੇ ਕਰਮ ਨਾਲ। ਅਤੇ ਕਰਮ ਕਿਸੇ ਦਾ ਮੁਹਤਾਜ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਜਨਮ ਨਾਲ ਨਹੀਂ। ਕਮਲ ਦਾ ਫੁੱਲ ਕਿੱਚੜ ਚੁੱਕਦਾ ਹੈ, ਲੇਕਿਨ ਆਪਣੇ ਗੁਣਾਂ ਖਾਤਰ ਪਰਮਾਤਮਾ ਸ੍ਰੀ ਹਰੀ ਦੇ ਸੀਸ ਦੇ ਉੱਤੇ ਚੜ੍ਹਦਾ ਹੈ, ਨਾ ਜਨਮ ਨਾਲ, ਇਨਸਾਨ ਕਰਮ ਨਾਲ। ਅਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ, ਉਦੋਂ ਨਫੇ ਨੁਕਸਾਨ ਦੀ ਵੀ ਗੱਲ ਆਉਂਦੀ ਹੈ। ਮੈਂ ਧੰਮਾਨ ਸਾਹਿਬ ਬਾਰੇ ਇੱਕ ਗੱਲ ਕਹਿਣੀ ਚਾਹੁੰਦਾ, ਔਰ ਗੁਰੂਆਂ ਦਾ ਹੀ ਕਿਹਾ, ਬਾਂਹ ਜਿਨ੍ਹਾਂ ਕੀ ਪਕੜੀਏ ਸਿਰ ਦੀਜੀਏ ਬਾਂਹ ਨਾ ਛੋੜੀਏ, ਇਹੀ ਧਰਮ ਹੈ। ਧੰਮਾਨ ਸਾਹਿਬ ਜਿੱਥੇ ਖੜਿਆ ਅੰਗਦ ਦਾ ਪੈਰ ਲੱਗ ਗਿਆ, ਸਮਝ ਨਫਾ ਨੁਕਸਾਨ ਨਾ ਦੇਖਿਆ, ਇਹ ਨਾ ਦੇਖਿਆ ਵੀ ਕੋਈ ਮਨਿਸਟਰੀ ਆਊ, ਫਿਰ ਇਹ ਨਾ ਦੇਖਿਆ ਜਦੋਂ ਧਰਮ ਦੀ ਰਾਹ ਦੇ ਉੱਤੇ ਤੁਰਿਆ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਾਂ ਫਲਾਨਾ ਚੀਫ ਮਿਨਿਸਟਰ ਹੈ, ਉਹ ਨਸ਼ਾ ਵਿਕਦਾ ਤਾਂ ਵਿਕਦਾ ਉਹ। ਆਹ ਲੈ ਜੱਟ ਦੀ ਆਵਾਜ਼ ਸੁਣੋ, ਸਾਰਾ ਪੰਜਾਬ ਸੁਣੋ, ਠੋਕ ਕੇ ਕਿਹਾ, ਮੇਰੇ ਨਾਲ ਖੜਿਆ, ਅੱਜ ਵੀ ਖੜਾ। ਮੈਂ ਕਹਿੰਦਾ ਪੁਰਾਣੀ ਕਹਾਣੀ ਹੈ ਬਾਬੇ ਫਰੀਦ ਦੀ। ਬਾਬਾ ਫਰੀਦ ਦੁੱਧ ਲੈਣ ਗਿਆ, ਛੋਟੀ ਜਿਹੀ ਕੁੜੀ ਸੀ 17-18 ਸਾਲ ਦੀ, ਆਨਾ ਦਿੱਤਾ, ਕਹਿੰਦਾ ਬੀਬੀ ਆਨੇ ਦਾ ਦੁੱਧ, ਉਹਨੇ ਇੰਨਾ ਕੁ ਪਾ ਦਿੱਤਾ, ਹੋਰ ਲੋਕ ਆਏ ਇੰਨਾ ਕੁ ਪਾ ਦਿੱਤਾ, ਇੱਕ ਨੌਜਵਾਨ ਆਇਆ ਉਹਨੇ ਕੁੜੀ ਵੱਲ ਵੇਖਿਆ ਇੱਕ ਵਾਰ, ਐਂ ਰੱਖੀ ਕੜਾਈ, ਉਹਨੇ ਸਾਰੇ ਦਾ ਸਾਰਾ ਮਾਰਿਆ ਵਿੱਚ ਦੁੱਧ ਖਾਲ ਦਿੱਤਾ। ਬਾਬਾ ਫਰੀਦ ਬੈਠਾ ਸੀ, ਕਹਿੰਦਾ ਪੁੱਤਰ ਸਾਨੂੰ ਆਨੇ ਆਨੇ ਦਾ ਦੁੱਧ ਨਹੀਂ ਹੈ, ਨਾ ਇਹਨੇ ਕੁਛ ਕਿਹਾ ਨਾ ਕੁਛ ਸੁਣਿਆ, ਤਾਂ ਸਾਰੇ ਦਾ ਸਾਰਾ ਪਤੀਲੇ ਡੋਲਤਾ। ਕਹਿੰਦੀ ਬਾਬਾ ਜੀ ਜਿੱਥੇ ਸੱਚਾ ਪਿਆਰ ਹੋਵੇ ਉੱਥੇ ਨਫਾ ਨੁਕਸਾਨ ਅਤੇ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ। ਨਾ ਤਾਂ ਨਫਾ ਨੁਕਸਾਨ ਦੇਖਿਆ ਧੰਮਾਨ ਨੇ, ਨਾ ਗਿਣਤੀਆਂ ਮਿਣਤੀਆਂ ਕੀਤੀਆਂ, ਕਿਰਦਾਰ ਖੜਾ। ਮੈਂ ਅੱਜ ਡੰਕੇ ਦੀ ਚੋਟ ਦੇ ਉੱਤੇ ਕਹਿਣਾ ਕਿ ਦੋ ਹਿੱਸਿਆਂ ਵਿੱਚ ਖਲਕਤ ਮੰਡੀ ਔਰ ਪੰਜਾਬ ਦੀ ਵੀ ਮੰਡੀ ਹੈ, ਇੱਕ ਲੋਕਾਂ ਦਾ, ਇੱਕ ਚੌਂਕਾਂ ਦਾ, ਇੱਕ ਮਹਿਲਾਂ ਦਾ, ਇੱਕ ਟੋਂਕਾਂ ਦਾ। ਧੰਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਹੈ, ਚੌਂਕਾਂ ਨਾਲ ਨਹੀਂ ਖੜੋਤਾ। ਧੰਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਦੇ ਤੁਰੇ, ਧੰਮਾਨ ਸਾਹਿਬ ਅੱਜ ਵੀ ਕਿਰਦਾਰ ਲੈ ਕੇ ਖੜੋਤਾ ਹੈ। ਮਿੱਤਰ ਪਿਆਰਿਓ, ਜਿਹਨੀ ਇਸ ਲੋਕਾਂ ਦੀ ਲੋਕ ਤਾਰੀਫ ਕਰਦੇ ਆ, ਤਗੜੇ ਲੋਕਾਂ ਤੋਂ ਡਰਦੇ ਆ, SSP ਹੈ ਭਾਈ, DSP ਹੈ, ਨਾ ਪੰਗਾ ਲਓ ਪਟਾਓ, ਲੇਕਿਨ ਕਿਰਦਾਰ ਵਾਲੇ ਲੋਕਾਂ ਦੇ ਉੱਤੇ ਲੋਕ ਭਰੋਸਾ ਕਰਦੇ ਆ, ਫਿਰ ਸਵੇਰ ਉਹ ਭਰੋਸਾ ਹੀ ਪੰਜਾਬ ਦੀ ਰਾਜਨੀਤੀ ਨੂੰ ਸਾਰੂਗਾ, ਇਹਨਾਂ ਜੋਕਾਂ ਤੋਂ ਪੰਜਾਬ ਨੂੰ ਉਭਾਰੂਗਾ, ਔਰ ਉਸ ਲੜਾਈ ਦੇ ਵਿੱਚ
ਅਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋਢਾ ਹੈ, ਕੋਈ ਸੱਜੀ ਬਾਂਹ ਹੈ, ਕੋਈ ਧੜਕ ਦਾ ਦਿਲ ਹੈ, ਤੇ ਸੁਰਜੀਤ ਸਿੰਘ ਧਮਾਨ ਤੇ ਉਹਦਾ ਪੁੱਤਰ ਜਸਵਿੰਦਰ। ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਦਾ ਕਿ ਸੱਚ ਔਰ ਹੱਕ ਦੀ ਲੜਾਈ, ਪੰਜਾਬ ਦੀ ਉਸਾਰੀ ਦੀ ਲੜਾਈ, ਰਾਜਨੀਤੀ ਜਿੱਥੇ ਧੰਦਾ ਬਣ ਗਈ, ਸਿਆਸਤ ਜਿੱਥੇ ਸੱਤਾ ਲਈ ਰਹਿ ਗਈ, ਉੱਥੇ ਇਸ ਬੰਦੇ ਨੇ ਸਿਆਸਤ ਧਰਮ ਲਈ ਕੀਤੀ ਹੈ, ਲੋਕ ਸੇਵਾ ਲਈ ਕੀਤੀ ਹੈ। ਬੜਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ, ਪ੍ਰੋਫੈਸ਼ਨ ਅਤੇ ਮਿਸ਼ਨ 'ਚ ਬੜਾ ਫਰਕ ਹੈ। ਇਸੇ ਕਰਕੇ ਜਿਹਨਾਂ ਲੋਕਾਂ ਨੇ ਆਜ਼ਾਦੀ ਦਵਾਈ, ਭਗਤ ਸਿੰਘ ਵਰਗੇ ਲੋਕ, ਉਹਨਾਂ ਦੇ ਨਾਂ 'ਤੇ ਲੋਕ ਹੀ ਸਰਕਾਰਾਂ ਬਣਾ, ਲੇਕਿਨ ਇਖਲਾਕ ਹੈ ਨਹੀਂ, ਜ਼ਮੀਰ ਹੈ ਨਹੀਂ, ਜਾਗਦੇ ਜ਼ਮੀਰ ਹੈ ਨਹੀਂ, ਵਿਗੇ ਹੋਏ ਲੋਕ। ਇਸ ਕਰਕੇ ਮੈਂ ਕਹਿੰਦਾ ਕਿ ਸੱਚ ਦਾ ਸਾਥ ਦਿਓ ਔਰ ਇਹ ਠਾਠਾ ਮਾਰਦਾ ਇਕੱਠ, ਇੱਥੇ ਕੋਈ ਪਾਰਟੀ ਉਲਟੀ ਵਾਲੀ ਗੱਲ ਨਹੀਂ ਹੈ, ਇੱਥੇ ਤਾਂ ਪੰਜਾਬ ਦੇ ਦੋ ਧੜਿਆਂ ਦੀ ਗੱਲ ਹੈ, ਇੱਕ ਪੰਜਾਬ ਦੇ ਨਾਲ, ਦੂਜਾ ਪੰਜਾਬ ਨੂੰ ਖਾਣ ਵਾਲੇ ਧੰਦਾ ਕਰਨ ਵਾਲੇ। ਅਤੇ ਮੈਂ ਵਧਾਈ ਦਿੰਦਾ, ਇੰਨੇ ਲੋਕ ਬੜੇ ਅਰਸੇ ਬਾਅਦ ਮੈਂ ਕਿਸੇ ਸ਼ੋਕ ਸਮਾਗਮ ਦੇ ਵਿੱਚ ਇੰਨੇ ਲੋਕ ਦੇਖੇ। ਮੈਨੂੰ ਇਹ ਨਹੀਂ ਪਤਾ ਵੀ ਜਸਵਿੰਦਰ ਦੀ ਸਗੀ ਮਾਂ ਮੰਮੀ ਜੀ, ਮੰਮੀ ਜੀ ਅੱਥਰੂ ਜ਼ਿਆਦਾ ਧਮਾਨ ਸਾਹਿਬ ਤੋਂ ਉਹਦੇ ਪੈਂਦੇ ਸੀ। ਮਾਂ ਦਾ ਦਰਜਾ ਕੋਈ ਲੈ ਸਕਿਆ? ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਕਿਸੇ ਕਿ ਗੁਰੂ ਸਾਹਿਬ ਇਸ ਦੁਨੀਆਂ 'ਤੇ ਪਵਿੱਤਰ ਕੀ ਹੈ? ਗੰਗਾ ਹੈ, ਗਊ ਹੈ, ਕੌਣ ਪਵਿੱਤਰ ਹੈ? ਉਹ ਕਹਿੰਦਾ ਸਭ ਤੋਂ ਪਵਿੱਤਰ ਮਾਂ ਦਾ ਪਿਆਰ। ਕਿਸੇ ਚੰਡਾਲ ਨੇ ਉਹਨੂੰ ਕਿਸੇ ਨੇ ਕਿਹਾ ਵੀ ਮਾਂ ਦਾ ਦਿਲ ਕੱਢ ਲਿਆ, ਮਾਂ ਦਾ ਦਿਲ ਕੱਢ ਲਿਆ ਭਾਈ, ਤੈਨੂੰ ਦਸ ਦਿਸ਼ਾਵਾਂ ਦਾ ਰਾਜਾ ਬਣਾ। ਉਹਨੇ ਟਾਕੂਆ ਮਾਰਿਆ, ਮਾਂ ਦਾ ਦਿਲ ਕੱਢਿਆ, ਅਤੇ ਜਦੋਂ ਭੱਜਣ ਲੱਗਿਆ ਪਾਵੇ 'ਚ ਪੈਰ ਫਸ ਗਿਆ, ਥਾੜ ਦੇਣੇ ਥੱਲੇ ਡਿੱਗਿਆ, ਅਤੇ ਮਾਂ ਦੇ ਦਿਲ 'ਚੋਂ ਆਵਾਜ਼ ਨਿਕਲੀ ਪੁੱਤਰ ਤੈਨੂੰ ਸੱਟ ਤਾਂ ਨਹੀਂ ਵੱਜੀ? ਇਹ ਜੋ ਸਮ੍ਰਿਤੀ ਹੈ, ਇਹ ਜੋ ਕਿਰਦਾਰ ਹੈ, ਇਹ ਜੋ ਸੰਸਕਾਰ ਨੇ, ਦੁਨੀਆਂ ਦੇ ਸਾਰੇ ਚਮਤਕਾਰ ਇਹਨਾਂ ਸੰਸਕਾਰਾਂ ਦੇ ਨੇ। ਇਹ ਸੰਸਕਾਰ ਬੀਬੀ ਬਲਬੀਰ ਕੌਰ ਤੋਂ ਹੀ ਆਏ ਨੇ, ਉਹੀ ਬੁਨਿਆਦ ਸੀ। ਅੱਜ ਕੱਲ੍ਹ ਤਾਂ ਮਾਵਾਂ ਕਿੱਡੀ ਪਾਰਟੀਆਂ 'ਚ ਫਿਰਦੀਆਂ ਨੇ, ਲੇਕਿਨ ਇਸ ਮਾਂ ਦਾ ਦਿੱਤਾ ਇਹ ਰੋਲ ਇਹ ਸਭ ਪਾਸੇ ਦਿਖਦਾ, ਇਹਨੂੰ ਪ੍ਰਮਾਣ ਦੇਣ ਦੀ ਕੋਈ ਜ਼ਰੂਰਤ ਨਹੀਂ। ਮੈਂ ਅੱਜ ਫਿਰ ਇੰਨਾ ਹੀ ਆਸ਼ਵਾਸਨ ਦਿੰਦਾ ਭਾਈ, ਜਦੋਂ ਕ੍ਰਿਕਟ ਖੇਡੀ, ਹੋਰ ਗੇਮਾਂ ਖੇਡੀਆਂ, ਹੋਰ ਸਾਰਾ ਕੁਝ ਖੇਡਿਆ, ਮੋਢਿਆਂ ਦਾ ਜ਼ੋਰ ਸੀ, ਲੇਕਿਨ ਹੁਣ ਪੰਜਾਬ ਦੇ ਲੋਕਾਂ ਦਾ ਜ਼ੋਰ ਚਾਹੀਦਾ, ਪਾਰਟੀਆਂ ਦਾ ਜ਼ੋਰ ਚਾਹੀਦਾ। ਇਹ ਲੜਾਈ ਫਰਕ ਹੈ, ਇੱਥੇ 5 ਨੂੰ 500 ਕਰ ਦਿੰਦੇ ਆ, 500 ਵਾਲੇ ਨੂੰ 0 ਬਣਾ ਦਿੰਦੇ, ਸਮਝਿਆ ਨਹੀਂ? ਇੱਥੇ ਤਾਂ ਬਹੁਤ ਕੁਛ, 10% ਸੇਵਾ ਹੈ ਅਤੇ 90% ਮੇਵਾ ਹੈ। ਇਸ ਕਰਕੇ ਇਸ ਲੜਾਈ ਦੇ ਵਿੱਚ ਧਮਾਨ ਸਾਹਿਬ ਵਰਗੇ ਯੋਧਿਆਂ ਦੀ ਜ਼ਰੂਰਤ ਹੈ, ਧਮਾਨ ਸਾਹਿਬ ਵਰਗੇ ਸੱਚੇ ਲੋਕਾਂ ਦੀ, ਕਿਰਦਾਰ ਵਾਲੇ ਲੋਕਾਂ ਦੀ, ਵਿਸ਼ਵਾਸ ਪਾਤਰ ਲੋਕਾਂ ਦੀ ਲੋੜ ਹੈ। ਮੈਂ ਥੋੜ੍ਹਾ ਸਮਾਂ ਤਾਂ ਜ਼ਿਆਦਾ ਲੈ ਗਿਆ, ਲੇਕਿਨ ਗੱਲ ਖੜੀ ਹੈ, ਗੱਲ 24 ਕੈਰਟ ਮੈਂ। ਇਸ ਕਰਕੇ ਪਰਮਾਤਮਾ ਇਸ ਪਰਿਵਾਰ ਨੂੰ ਤਾਕਤ ਬਖਸ਼ੇ ਕਿ ਬੀਬੀ ਬਲਬੀਰ ਕੌਰ ਦੇ ਅਸਹਿ ਔਰ ਅਕਹਿ ਵਿਛੋੜੇ ਨੂੰ ਸਹਿ ਸਕੇ, ਇਹਨਾਂ ਦੇ ਘਨੇੜਿਆਂ ਨੂੰ ਬਲ ਬਖਸ਼ੇ ਔਰ ਕਿਰਦਾਰ ਬਖਸ਼ੇ, ਸੱਚ 'ਤੇ ਤੁਰਨ ਦੀ ਤਾਕਤ ਬਖਸ਼ੇ। ਨਮਨ ਕਰਦਾ ਮੈਂ ਇਸ ਆਸ ਨਾਲ ਕਿ ਬੀਬੀ ਜੀ ਦੀ ਆਤਮਾ ਨੂੰ ਸ਼ਾਂਤੀ ਮਿਲੇ, ਸੱਚੇ ਮਾਰਗ ਚੱਲਿਆਂ, ਪੁਸਤਕ ਕਰੇ ਗਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। Subscribe to One India channel and never miss an update.